ਗੁਰੂ ਰੂਪ, ਗੁਰੂ ਪਿਆਰੀ, ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ, ਇਹ ਬੇਨਤੀਆਂ ਨੇ ਕਿ ਖਾਲਸਾ ਰਾਜ ਕਦੋਂ ਆਵੇਗਾ। ਸਾਧ ਸੰਗਤ ਜੀ, 2026 ਤੱਕ ਕਾਇਮ ਹੋਵੇਗਾ ਖਾਲਸਾ ਰਾਜ, ਕਿਉਂਕਿ 300 ਸਾਲ ਪੁਰਾਣੇ ਇੱਕ ਗ੍ਰੰਥ ਦੇ ਵਿੱਚੋਂ ਪੱਕੇ ਸਬੂਤ ਮਿਲ ਗਏ ਨੇ। ਅਤੇ ਸਾਧ ਸੰਗਤ ਜੀ, ਸਬੂਤ ਵੀ ਇਹ ਮਿਲੇ ਨੇ ਕਿ ਭਾਰਤ ਦੇ 3 ਟੋਟੇ ਹੋਣਗੇ। ਅਤੇ ਸਾਧ ਸੰਗਤ ਜੀ, ਉਹ 3 ਟੋਟੇ ਕਿਹੜੀ ਕਿਹੜੀ ਜਗ੍ਹਾ ਹੋਣਗੇ, ਐਸੇ ਵਿਸ਼ੇ 'ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਸਾਧ ਸੰਗਤ ਜੀ, ਜਿਵੇਂ ਹੀ ਇਹ ਭਵਿੱਖਬਾਣੀ ਮੋਦੀ ਅਤੇ ਅਮਿਤ ਸ਼ਾਹ ਦੇ ਸਾਹਮਣੇ ਆਉਂਦੀ ਹੈ, ਅਤੇ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਗਈ। ਅਤੇ ਸਾਧ ਸੰਗਤ ਜੀ, ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ, ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਭਵਿੱਖਬਾਣੀਆਂ ਜੋ ਕਿ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਨੇ 100 ਸਾਖੀ ਦੇ ਵਿੱਚ ਦਰਜ ਕੀਤੀਆਂ, ਅਤੇ ਜੋ ਜੋ ਭਵਿੱਖਬਾਣੀਆਂ ਅੱਜ ਤੱਕ ਗੁਰੂ ਸਾਹਿਬ ਨੇ ਕੀਤੀਆਂ ਉਹ ਸਾਰੀਆਂ ਹੀ ਸੱਚ ਹੋਈਆਂ ਨੇ। ਚਾਹੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹੋਵੇ, ਚਾਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਵੇ, ਚਾਹੇ ਹੋਰ ਕਾਫੀ ਪੰਜਾਬ ਦੇ ਮਸਲੇ ਹੋਏ ਨੇ, ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਹੋਇਆ, ਉਸ ਨੂੰ ਲੈ ਕੇ ਜੋ ਜੋ ਭਵਿੱਖਬਾਣੀਆਂ ਗੁਰੂ ਸਾਹਿਬ ਨੇ ਕੀਤੀਆਂ ਅਤੇ ਸਾਰੀਆਂ ਹੀ ਸੱਚ ਸਾਬਤ ਹੋਈਆਂ ਨੇ। ਜਿੰਨੇ ਵੀ ਵਿਦਵਾਨਾਂ ਨੇ 100 ਸਾਖੀ ਨੂੰ ਪੜ੍ਹਿਆ ਹੈ, ਉਹ ਇਸ ਗੱਲ ਨੂੰ ਸਮਝ ਸਕਦੇ ਨੇ ਕਿ ਜੋ ਕੁਛ ਗੁਰੂ ਸਾਹਿਬ ਨੇ ਕਿਹਾ ਉਹ ਸਭ ਕੁਛ ਅਟਲ ਸੀ, ਅਤੇ ਉਹ ਗੱਲਾਂ ਸੱਚ ਸਾਬਤ ਵੀ ਹੋਈਆਂ। ਅਤੇ ਸਾਧ ਸੰਗਤ ਜੀ, 2026 ਦੇ ਵਿੱਚ ਖਾਲਸਾ ਰਾਜ ਆਵੇਗਾ, ਇਸ ਦੇ ਵੀ ਪੱਕੇ ਸਬੂਤ ਜੋ ਗੁਰੂ ਸਾਹਿਬ ਨੇ 350 ਸਾਲ ਪੁਰਾਣੇ ਇੱਕ ਗ੍ਰੰਥ ਦੇ ਵਿੱਚ ਦਰਜ ਕੀਤਾ। ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕਿਹਾ ਜਦੋਂ ਗੁਰਤਾ ਗੱਦੀ ਬਖਸ਼ੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਅਤੇ ਸਾਧ ਸੰਗਤ ਜੀ, ਉਸ ਸਮੇਂ ਗੁਰੂ ਸਾਹਿਬ ਨੇ ਇੱਕ ਵਚਨ ਕੀਤਾ ਸੀ ਜੋ ਆਪਾਂ ਅਕਸਰ ਹੀ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕਿਹਾ ਕਿ ਉਸ ਅਕਾਲ ਪੁਰਖ ਦੀ ਆਗਿਆ ਦੇ ਨਾਲ ਅੱਜ ਪੰਥ ਚੱਲਿਆ ਹੈ, ਅਤੇ ਸਭ ਸਿੱਖਾਂ ਨੂੰ ਇਹੀ ਹੁਕਮ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਅਤੇ ਗੁਰੂ ਵੀ ਕਿਵੇਂ ਮੰਨਣਾ ਹੈ, ਦੇਹ ਕਰਕੇ ਮੰਨਣਾ ਹੈ। ਜਿਵੇਂ ਆਪਾਂ ਇੱਕ ਦੇਹ ਰੂਪੀ ਗੁਰੂ ਨੂੰ ਮੰਨਦੇ ਹਾਂ ਨਾ, ਉਸੇ ਹੀ ਤਰੀਕੇ ਦੇ ਨਾਲ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਅਤੇ ਅੱਗੇ ਤੁੱਕ ਲਿਖੀ ਹੈ ਕਿ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ ਲੇ, ਜਿਹੜੇ ਉਸ ਪ੍ਰਭੂ ਨੂੰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਉਹ ਸ਼ਬਦ ਦੇ ਵਿੱਚੋਂ ਖੋਜ ਲੈਣ ਕਿ ਉਹ ਗੁਰੂ ਸਾਨੂੰ ਕੀ ਕਹਿ ਰਿਹਾ ਹੈ ਅਤੇ ਗੁਰੂ ਸਾਨੂੰ ਕੀ ਦੱਸ ਰਿਹਾ ਹੈ, ਇਕੱਲੀ ਇਕੱਲੀ ਗੱਲ 'ਤੇ ਅਮਲ ਕਰਨਾ ਹੈ। ਸਾਧ ਸੰਗਤ ਜੀ, ਅੱਗੇ ਗੱਲ ਕਹੀ ਹੈ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਗੁਰੂ ਸਾਹਿਬ ਦੇ ਵਚਨ ਹੈ ਕਿ ਖਾਲਸੇ ਦਾ ਰਾਜ ਆਵੇਗਾ, ਖਾਲਸਾ ਰਾਜ ਕਰੇਗਾ। ਅਤੇ ਸਾਧ ਸੰਗਤ ਜੀ, ਗੱਲ ਟਿਕਦੀ ਇੱਥੇ ਹੈ ਕਿ ਖਾਲਸਾ ਰਾਜ ਕਰੇਗਾ ਕਿਵੇਂ। ਆਪਾਂ ਇੰਨੀ ਤੁੱਕ ਪੜ੍ਹ ਲੈਂਦੇ ਹਾਂ ਕਿ ਖਾਲਸੇ ਦਾ ਰਾਜ ਆਵੇਗਾ, ਪਰ ਕਦੇ ਆਪਾਂ ਸੋਚਿਆ ਕਿ ਖਾਲਸੇ ਦਾ ਰਾਜ ਆਵੇਗਾ ਕਿਵੇਂ? ਇਹਨੂੰ ਸੋਚਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ। ਖਾਲਸੇ ਦਾ ਰਾਜ ਤਾਂ ਆਵੇਗਾ ਜੇਕਰ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਾਂਗੇ। ਤਾਂ ਆਪਾਂ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਸੀਮਿਤ ਰੱਖ ਲਿਆ।
ਸਾਧ ਸੰਗਤ ਜੀ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰੂਆਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ। ਉਹ ਭਗਤ ਕ੍ਰਾਂਤੀਕਾਰੀ ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਪੁਜਾਰੀ ਨੂੰ ਮੂਧੇ ਮੂੰਹ ਸੁੱਟ ਦਿੱਤਾ ਸੀ। ਸਾਧ ਸੰਗਤ ਜੀ, ਉਹਨਾਂ ਭਗਤਾਂ ਦੀ ਬਾਣੀ ਹੈ, ਗੁਰੂਆਂ ਦੀ ਬਾਣੀ ਹੈ। ਜੇਕਰ ਆਪਾਂ ਮੰਨੀਏ ਤਾਂ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ। ਆਪਾਂ ਵੈਸੇ ਤਾਂ ਗਾਤਰੇ ਪਾਏ ਹੁੰਦੇ ਆ ਤਾਂ ਭਰਦੇ ਫਿਰਦੇ ਆਪਾਂ ਪੀਰਾਂ ਦੀਆਂ ਚੌਂਕੀਆਂ, ਅਤੇ ਫਿਰ ਖਾਲਸੇ ਦਾ ਰਾਜ ਕਿਵੇਂ ਆਵੇਗਾ? ਇੱਕਜੁੱਟ ਹੋ ਕੇ ਰਹਿਣਾ ਪੈਣਾ ਹੈ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਮੰਨਣਾ ਹੈ ਅਤੇ ਉਸ ਦੇ ਵਿੱਚ ਜੋ ਕੁਛ ਗੁਰੂ ਸਾਹਿਬ ਨੇ ਲਿਖਿਆ ਹੈ ਉਸਨੂੰ ਮੰਨਣਾ ਹੈ ਅਤੇ ਅਮਲ ਕਰਨਾ ਹੈ, ਫਿਰ ਖਾਲਸੇ ਦਾ ਰਾਜ ਆਵੇਗਾ। ਸਾਧ ਸੰਗਤ ਜੀ, ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।